उनको फोन किया हाँ। तो इनके माँ प्यो भाई गए ठीक है, तो कहते हम अपना पूरा परिवार लेके आएंगे तब लड़की उतारेंगे। ये कोठी वाले किया, मैं लोग नहीं पहुँच पाने, पहले ही लड़की सिबल चलाओ ठीक है। तो पहले कब से काम कर रही है वे लड़की वहाँ? दो साल से वहाँ पे काम कर रही है हाँ। तो आज ये एकदम कैसे हो गया? एकदम जी बेटा, अभी वो जाने को किया, बोल्स कह रही है आप लोगों ने उनके ऊपर ईंट पत्थर चला दिए जब रोक रहे थे। लड़की कभी ने घर में शिकायत दिया, वो कह रहे कि आप लोगों ने ईंट पत्थर ना ना। इंसाफ दी मांग नु लेके एक पीड़ित परिवार जिस दे वलो सड़क जाम करके प्रदर्शन शुरू कर दिता गया, तो उत्थे पुलिस भी मौके ते पहुंचदी है, तो माहौल इत्थे गरमा जांदा है जद धरना देण वाला है परिवार जिन्हां वल्लों कि उत्थे ਇੱਟਾਂ ਦੇ ਨਾਲ ਹਮਲਾ ਸ਼ੁਰੂ ਕਰ ਦਿੱਤਾ ਜਾਂਦਾ। ਤਾਂ ਮੌਕੇ ਦੀਆਂ ਤਸਵੀਰਾਂ ਵਿਖਾ ਰਹੇ ਹਾਂ। ਦਰਅਸਲ ਪਰਿਵਾਰ ਜਿਸਦੇ ਵੱਲੋਂ ਕਈ ਤਰ੍ਹਾਂ ਦੇ ਇਲਜ਼ਾਮ ਜਿਹੜੇ ਨੇ ਉਹ ਲਗਾਏ ਗਏ ਨੇ। ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੀ ਧੀ ਜਿਹੜੀ ਹੈ ਉਹ ਇੱਕ ਕੋਠੀ ਦੇ ਵਿੱਚ ਕੰਮ ਕਰਦੀ ਸੀ, ਜਿਸ ਤੋਂ ਬਾਅਦ ਕਿ ਉਹਨਾਂ ਨੂੰ ਇੱਕ ਫੋਨ ਆਉਂਦਾ ਹੈ ਜਿਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਤੁਹਾਡੀ ਬੇਟੀ ਜਿਸਨੇ ਕੋਠੀ ਦੇ ਵਿੱਚ ਖੁਦਕੁਸ਼ੀ ਕਰ ਲਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜਦ ਅਸੀਂ ਪਹੁੰਚੇ ਹਾਂ, ਅਸੀਂ ਉੱਥੇ ਸਭ ਕੁਝ ਵੇਖਿਆ, ਤੇ ਉਹਨਾਂ ਕਈ ਤਰ੍ਹਾਂ ਦੇ ਇਲਜ਼ਾਮ ਉਸ ਕੋਠੀ ਦੇ ਮਾਲਕਾਂ ਤੇ ਲਗਾ ਦਿੱਤੇ ਨੇ। ਤੇ ਉਧਰ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਕੇਸ ਹੈ ਉਹ ਦਰਜ ਹੋ ਚੁੱਕਿਆ, ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਗਏ ਨੇ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਪਰ ਉਧਰ ਗੁੱਸੇ ਦੇ ਵਿੱਚ ਆਇਆ ਪਰਿਵਾਰ ਜਿਸ ਦੇ ਵੱਲੋਂ ਸੜਕ ਜਾਮ ਕਰਕੇ ਪ੍ਰਦਰਸ਼ਨ ਕੀਤਾ ਗਿਆ ਤੇ ਇਨਸਾਫ ਦੀ ਮੰਗ ਕੀਤੀ ਗਈ। ਹਾਲਾਂਕਿ ਇੱਥੇ ਮਾਹੌਲ ਤਣਾਅਪੂਰਨ ਬਣਦਾ ਵੀ ਨਜ਼ਰ ਆਇਆ। ਲੁਧਿਆਣਾ ਦੇ ਸਰਾਭਾ ਨਗਰ ਇਲਾਕੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਲੜਕੀ ਦੀ ਮੌਤ ਹੁੰਦੀ ਹੈ ਤੇ ਉਸ ਤੋਂ ਬਾਅਦ ਕਾਫੀ ਜ਼ਿਆਦਾ ਹੰਗਾਮਾ ਹੋ ਗਿਆ। ਪੀੜਤ ਪਰਿਵਾਰ ਦੇ ਵੱਲੋਂ ਕਈ ਤਰ੍ਹਾਂ ਦੇ ਇਲਜ਼ਾਮ ਜਿਹੜੇ ਨੇ ਉਹ ਕੋਠੀ ਮਾਲਕਾਂ ਤੇ ਲਗਾਏ ਗਏ ਨੇ, ਤੇ ਇਸੇ ਦਰਮਿਆਨ ਪੀੜਤ ਪਰਿਵਾਰ ਤੇ ਪੁਲਿਸ ਦੇ ਵਿੱਚ ਧੱਕਾ ਮੁੱਕੀ ਹੁੰਦੀ ਵੀ ਨਜ਼ਰ ਆਈ ਹੈ। ਪਰਿਵਾਰ ਨੇ ਇਹ ਦੋਸ਼ ਕਈ ਤਰ੍ਹਾਂ ਦੇ ਕੋਠੀ ਮਾਲਕਾਂ ਤੇ ਲਗਾ ਦਿੱਤੇ ਨੇ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਸਾਰੀ ਜਿਹੜੀ ਵੀਡੀਓਗ੍ਰਾਫੀ ਵੀ ਕੀਤੀ ਗਈ ਹੈ ਤੇ ਬਿਆਨ ਵੀ ਦਰਜ ਕਰ ਲਏ ਗਏ ਨੇ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਹ ਲੋਕਾਂ ਨੂੰ ਫੋਨ ਕੀਤਾ ਉਹੀ ਕੇ ਬਾਅਦ ਹਮ ਲੋਗੋਂ ਕੋ ਫੋਨ ਕੀਆ ਤੋ ਇਨਕੇ ਮਾਂ ਪਿਓ ਭਾਈ ਗਏ ਠੀਕ ਹੈ, ਤੋ ਕਹਤੇ ਹਮ ਆਪਣਾ ਪੂਰਾ ਪਰਿਵਾਰ ਲੈ ਕੇ ਆਏਂਗੇ ਤਬ ਲੜਕੀ ਉਤਾਰੇਂਗੇ। ਇਹ ਕੋਠੀ ਵਾਲੇ ਕੀਆ, ਮੈਂ ਲੋਕ ਨਹੀਂ ਪਹੁੰਚ ਪਾਨ, ਪਹਿਲੇ ਲੜਕੀ ਸਿਬਲ ਬੋਲ ਸਿਓ ਚਲਾਓ ਠੀਕ ਹੈ। ਤੋ ਪਹਿਲੇ ਕਬ ਸੇ ਕੰਮ ਕਰ ਰਹੀ ਹੈ ਵੇ ਲੜਕੀ ਵਾਂ? ਦੋ ਸਾਲ ਦੇ ਵਾਂ ਤੇ ਕੰਮ ਕਰ ਰਹੀ ਹੈ ਹਾਂ। ਤੋ ਆਜ ਇਹ ਇੱਕਦਮ ਕੈਸੇ ਹੋ ਗਿਆ? ਇੱਕਦਮ ਦੀ ਬੇਟਾ ਅਭੀ ਉਹ ਜਾਣੇ ਕੋਠੀ ਵਾਲੇ, ਬੋਲ ਕਹਿ ਰਹੀ ਹੈ ਆਪ ਲੋਗੋਂ ਨੇ ਉਸ ਤੋਂ ਉੱਪਰ ਈਂਟ ਪੱਥਰ ਚਲਾ ਦਿਏ ਜਬ ਰੋਕ ਰਹੇ ਥੇ। ਲੜਕੀ ਕਭੀ ਨੇ ਘਰ ਮੇਂ ਸ਼ਿਕਾਇਤ ਦੀਆ, ਉਹ ਕਹਿ ਰਹੇ ਕਿ ਆਪ ਲੋਗੋਂ ਨੇ ਈਂਟ ਪੱਥਰ ਨਾ 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 ਭਈਆ ਇਹ ਗਲਤ ਬਾਤ ਹੈ, ਇਹ ਗਲਤ ਬਾਤ ਹੈ। ਕੀ ਮੰਗ ਕਰ ਰਹੇ ਹੋ? ਮੈਂ ਮਾਨੇ ਕੋਈ ਮੰਗ ਨਹੀਂ ਕਰ ਰਹੇ, ਮੇਰੀ ਲੜਕੀ ਮਿਲ ਜਾ, ਮੇਰਾ ਇਨਸਾਫ ਬਸ ਇਤਨਾ ਹੀ। ਹੁਣ ਕੁਝ ਅੱਜ ਸਵੇਰੇ ਸਾਨੂੰ ਇੱਕ ਇਤਲਾਹ ਮਿਲੀ ਕਿ ਇੱਕ 19 ਸਾਲਾਂ ਦੀ ਲੜਕੀ ਸੀ, ਉਹ ਐਜ਼ ਮੇਡ ਬਤੌਰ ਮੇਡ ਕਿਸੇ ਦੇ ਘਰ ਕੰਮ ਕਰਦੀ ਸੀ, ਉਸਨੇ ਆਪਣੇ ਕਮਰੇ 'ਚ ਸੁਸਾਈਡ ਕਰ ਲਿਆ। ਤਾਂ ਉਹਨੂੰ ਪੁਲਿਸ ਨੇ ਇਮੀਡੀਏਟਲੀ ਰਿਸਪੋਂਡ ਕੀਤਾ ਅਤੇ ਕ੍ਰਾਈਮ ਸੀਨ ਨੂੰ ਪ੍ਰਿਜ਼ਰਵ ਕਰਕੇ ਅਸੀਂ ਜੋ ਵੀ ਸੀ ਉਹ ਸਾਰਾ ਬਤੌਰ ਵੀਡੀਓਗ੍ਰਾਫੀ ਅਸੀਂ ਜੋ ਵੀ ਐਜ਼ ਪਰ ਲਾਅ ਪ੍ਰੋਸੀਸ ਕੀਤਾ। ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਪਰਿਵਾਰ ਵਾਲੇ ਨੇ, ਇਹਨਾਂ ਦੇ ਕੁਛ ਐਲੀਗੇਸ਼ਨਸ ਨੇ, ਇਹਨਾਂ ਨੂੰ ਕੁਛ ਸ਼ੱਕ ਨੇ, ਜੋ ਅਸੀਂ ਇਹਨਾਂ ਨਾਲ ਗੱਲ ਕਰ ਰਹੇ ਹਾਂ ਵੀ ਜਿਵੇਂ ਤੁਸੀਂ ਬਿਆਨ ਲਿਖਾਓਗੇ ਅਸੀਂ ਐਜ਼ ਪਰ ਲਾਅ ਪੋਸਟਮਾਰਟਮ ਕਰਾਵਾਂਗੇ, ਮੈਡੀਕਲ ਟੈਸਟ ਵਗੈਰਾ ਜੋ ਇਹ ਕਹਿਣਗੇ ਉਵੇਂ ਕਰਾਵਾਂਗੇ, ਅਤੇ ਉਸ ਦੇ ਹਿਸਾਬ ਨਾਲ ਜੋ ਅਸੀਂ ਬਣਦੀ ਕਾਰਵਾਈ ਹੋਊ ਜ਼ਰੂਰ ਕੀਤੀ ਜਾਏਗਾ। ਬਹੁਤ ਬਰੀਫਲੀ ਮਤਲਬ ਮੈਂ ਕਹੂੰਗਾ ਕਿ ਠੀਕ ਹੈ, ਇੱਕ ਦੋ ਮਾੜੇ ਅੰਸਰ ਜਿਵੇਂ ਇੱਕ ਅੱਧਾ ਵਿੱਚ ਖਰਾਬ ਕਰਨ ਵਾਲਾ ਹੁੰਦਾ, ਬਟ ਲਾਰਜਲੀ ਸਿਚੁਏਸ਼ਨ ਅੰਡਰ ਕੰਟਰੋਲ ਹੈ।
ਲਾਅ ਐਂਡ ਆਰਡਰ ਸਿਚੁਏਸ਼ਨ ਇੱਦਾਂ ਦੀ ਕੋਈ ਮੇਜਰ ਨਹੀਂ ਹੈ ਤਾਂ ਐਵਰੀਥਿੰਗ ਇਜ਼ ਅੰਡਰ ਕੰਟਰੋਲ। ਥੈਂਕ ਯੂ। ਰੋਡ ਇੱਕ ਸਾਈਡ ਇਹਨਾਂ ਨੇ ਧਰਨਾ ਲਾਇਆ ਹੋਇਆ, ਇਹਨਾਂ ਨਾਲ ਗੱਲਬਾਤ ਕਰ ਰਹੇ ਹਾਂ, ਜਲਦੀ ਅਸੀਂ ਇਹਨਾਂ ਨਾਲ ਗੱਲਬਾਤ ਕਰਕੇ ਮਾਮਲੇ ਨੂੰ ਪੀਸਫੁਲੀ ਵੀ ਸੈਟਲ ਹੋ। ਕਾਰਵਾਈ ਇਹ ਕੀਤੀ ਜਾ ਰਹੀ ਹੈ ਕਿ ਜਿਸ ਹਿਸਾਬ ਨਾਲ ਇਹ ਬਿਆਨ ਲਿਖਾਉਣਗੇ, ਜੋ ਵੀ ਮੈਡੀਕਲ ਟੈਸਟ ਵਗੈਰਾ ਪੋਸਟਮਾਰਟਮ ਬਣਦਾ, ਉਹ ਸਾਰੀ ਕਾਰਵਾਈ ਇਹਨਾਂ ਦੇ ਉਹਦੇ ਅਕੋਰਡਿੰਗ ਕੀਤੀ ਜਾਵੇ। ਇਨਸਾਫ ਦੀ ਮੰਗ ਨੂੰ ਲੈ ਕੇ ਇੱਕ ਪੀੜਤ ਪਰਿਵਾਰ ਜਿਸ ਦੇ ਵੱਲੋਂ ਸੜਕ ਜਾਮ ਕਰਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ, ਤੇ ਉੱਥੇ ਪੁਲਿਸ ਵੀ ਮੌਕੇ ਤੇ ਪਹੁੰਚਦੀ ਹੈ ਤੇ ਮਾਹੌਲ ਇੱਥੇ ਗਰਮਾ ਜਾਂਦਾ ਹੈ। ਜਦ ਧਰਨਾ ਦੇਣ ਵਾਲਾ ਇਹ ਪਰਿਵਾਰ ਜਿਨ੍ਹਾਂ ਵੱਲੋਂ ਕਿ ਉੱਥੇ ਇੱਟਾਂ ਦੇ ਨਾਲ ਹਮਲਾ ਸ਼ੁਰੂ ਕਰ ਦਿੱਤਾ ਜਾਂਦਾ, ਤਾਂ ਮੌਕੇ ਦੀਆਂ ਤਸਵੀਰਾਂ ਵਿਖਾ ਰਹੇ ਹਾਂ। ਦਰਅਸਲ ਪਰਿਵਾਰ ਜਿਸ ਦੇ ਵੱਲੋਂ ਕਈ ਤਰ੍ਹਾਂ ਦੇ ਇਲਜ਼ਾਮ ਜਿਹੜੇ ਨੇ ਉਹ ਲਗਾਏ ਗਏ ਨੇ। ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੀ ਧੀ ਜਿਹੜੀ ਹੈ ਉਹ ਇੱਕ ਕੋਠੀ ਦੇ ਵਿੱਚ ਕੰਮ ਕਰਦੀ ਸੀ, ਜਿਸ ਤੋਂ ਬਾਅਦ ਕਿ ਉਹਨਾਂ ਨੂੰ ਇੱਕ ਫੋਨ ਆਉਂਦਾ ਹੈ ਜਿਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਤੁਹਾਡੀ ਬੇਟੀ ਜਿਸਨੇ ਕੋਠੀ ਦੇ ਵਿੱਚ ਖੁਦਕੁਸ਼ੀ ਕਰ ਲਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜਦ ਅਸੀਂ ਪਹੁੰਚੇ ਹਾਂ, ਅਸੀਂ ਉੱਥੇ ਸਭ ਕੁਝ ਵੇਖਿਆ ਤੇ ਉਹਨਾਂ ਕਈ ਤਰ੍ਹਾਂ ਦੇ ਇਲਜ਼ਾਮ ਉਸ ਕੋਠੀ ਦੇ ਮਾਲਕਾਂ ਤੇ ਲਗਾ ਦਿੱਤੇ ਨੇ। ਤੇ ਉਧਰ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਕੇਸ ਹੈ ਉਹ ਦਰਜ ਹੋ ਚੁੱਕਿਆ, ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਗਏ ਨੇ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਪਰ ਉਧਰ ਗੁੱਸੇ ਦੇ ਵਿੱਚ ਆਇਆ ਪਰਿਵਾਰ ਜਿਸ ਦੇ ਵੱਲੋਂ ਸੜਕ ਜਾਮ ਕਰਕੇ ਪ੍ਰਦਰਸ਼ਨ ਕੀਤਾ ਗਿਆ ਤੇ ਇਨਸਾਫ ਦੀ ਮੰਗ ਕੀਤੀ ਗਈ। ਹਾਲਾਂਕਿ ਇੱਥੇ ਮਾਹੌਲ ਤਣਾਅਪੂਰਨ ਬਣਦਾ ਵੀ ਨਜ਼ਰ ਆਇਆ। ਲੁਧਿਆਣਾ ਦੇ ਸਰਾਭਾ ਨਗਰ ਇਲਾਕੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਲੜਕੀ ਦੀ ਮੌਤ ਹੁੰਦੀ ਹੈ ਤੇ ਉਸ ਤੋਂ ਬਾਅਦ ਕਾਫੀ ਜ਼ਿਆਦਾ ਹੰਗਾਮਾ ਹੋ ਗਿਆ। ਪੀੜਤ ਪਰਿਵਾਰ ਦੇ ਵੱਲੋਂ ਕਈ ਤਰ੍ਹਾਂ ਦੇ ਇਲਜ਼ਾਮ ਜਿਹੜੇ ਨੇ ਉਹ ਕੋਠੀ ਮਾਲਕਾਂ ਤੇ ਲਗਾਏ ਗਏ ਨੇ ਤੇ ਇਸੇ ਦਰਮਿਆਨ ਪੀੜਤ ਪਰਿਵਾਰ ਤੇ ਪੁਲਿਸ ਦੇ ਵਿੱਚ ਧੱਕਾ ਮੁੱਕੀ ਹੁੰਦੀ ਵੀ ਨਜ਼ਰ ਆਈ ਹੈ। ਪਰਿਵਾਰ ਨੇ ਇਹ ਦੋਸ਼ ਕਈ ਤਰ੍ਹਾਂ ਦੇ ਕੋਠੀ ਮਾਲਕਾਂ ਤੇ ਲਗਾ ਦਿੱਤੇ ਨੇ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਸਾਰੀ ਜਿਹੜੀ ਵੀਡੀਓਗ੍ਰਾਫੀ ਵੀ ਕੀਤੀ ਗਈ ਹੈ ਤੇ ਬਿਆਨ ਵੀ ਦਰਜ ਕਰ